ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਪਠਾਨਕੋਟ, ਔਰ ਇਸ ਸਕੂਲ ਦੇ ਵਿੱਚ ਕੀ ਕੁਛ ਖਾਸ, ਕੀ ਕੁਛ ਵਿਲੱਖਣ ਹੈ, ਕਿਸ ਤਰੀਕੇ ਦੇ ਨਾਲ ਦੂਸਰੇ ਸਕੂਲਾਂ ਨਾਲੋਂ ਇਹ ਸੰਸਥਾ ਜਿਹੜੀ ਅਲੱਗ ਹੈਗੀ ਹੈ, ਔਰ ਕਿਸ ਤਰੀਕੇ ਨਾਲ ਇੰਟਰਨੈਸ਼ਨਲ ਹੋਣ ਦਾ ਦਾਅਵਾ ਕਰਦੇ ਆ? ਸੋ ਇਸ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਸ੍ਰਿਜਲ ਗੁਪਤਾ ਜੀ, ਜੋ ਕਿ ਮੈਨੇਜਿੰਗ ਡਾਇਰੈਕਟਰ ਨੇ ਇਸ ਸਕੂਲ ਦੇ। ਸਰ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਬਹੁਤ ਬਹੁਤ ਸੰਜੀਵ। ਸਰ ਸਭ ਤੋਂ ਪਹਿਲਾਂ ਤਾਂ ਇਸ ਸਕੂਲ ਦਾ ਨਾਮ ਬੜਾ ਆਪਣੇ ਆਪ 'ਚ ਡਿਫਰੈਂਟ ਹੈ, ਤੁਸੀਂ ਇਹ ਨਾਮ ਕਿੱਦਾਂ ਸੋਚਿਆ ਔਰ ਇਹ ਪਠਾਨਕੋਟ ਦੇ ਵਿੱਚ ਕਿਸ ਤਰ੍ਹਾਂ ਸੂਟ ਕਰਦਾ? ਸਰ ਕੈਲੇਡੋਨੀਆ ਇੱਕ ਆਈਲੈਂਡ ਹੈ ਸਪੇਨ 'ਚ, ਉਹ ਫਰੀ ਫੋਰ ਐਵਰੀਵਨ ਹੈ, ਮਤਲਬ ਕੋਈ ਵੀ ਜਾ ਕੇ ਉੱਥੇ ਰਹਿ ਸਕਦਾ, ਕੋਈ ਇਰਰਿਸਪੈਕਟਿਵ ਉਹਨਾਂ ਦੀ ਨੈਸ਼ਨੈਲਿਟੀ ਤੋਂ। ਉਹ ਫਰੀਨੈਸ ਨੂੰ ਰਿਪ੍ਰੈਜ਼ੈਂਟ ਕਰਦੇ ਹੋਏ ਅਸੀਂ, ਅਗਰ ਸਾਡਾ ਲੋਗੋ ਦੇਖਿਆ ਜਾਏ ਉਹ 'ਚ ਬੱਚਾ ਆਪਣਾ ਵਰਲਡ ਆਪੇ ਡਰਾਅ ਕਰ ਰਿਹਾ, ਕਿ ਬੱਚੇ ਨੂੰ ਅਸੀਂ ਮਤਲਬ ਫਰੀਡਮ ਹੋਣੀ ਚਾਹੀਦੀ ਹੈ ਕਿ ਉਹ ਕੀ ਪੜ੍ਹ ਰਿਹਾ, ਕਿੱਦਾਂ ਪੜ੍ਹ ਰਿਹਾ ਅਤੇ ਕਿਉਂ ਪੜ੍ਹ ਰਿਹਾ, ਉਹਨੂੰ ਪਤਾ ਹੋਣਾ ਚਾਹੀਦਾ। ਤੋ ਇਹ ਮੋਟੋ ਇਹੀ ਹੈ ਕਿ ਰਾਦਰ ਦੈਨ ਕਿ ਬੱਚੇ 12ਵੀਂ ਤੱਕ ਪੜ੍ਹਨ ਜਾਂ ਕਾਲਜ ਤੱਕ ਪੜ੍ਹਨ ਜਾਂ ਪੋਸਟ ਗ੍ਰੈਜੂਏਸ਼ਨ ਕਰਨ, ਮੇਰਾ ਬਲੀਫ ਹੈ ਵੈ ਕਿ ਇਨਸਾਨ ਪੈਦਾ ਹੁੰਦੇ ਤੋਂ ਲੈ ਕੇ ਮ੍ਰਿਤਿਊ ਤੱਕ ਉਹ ਇੱਕ ਸਟੂਡੈਂਟ ਹੀ ਰਹਿਣਾ ਚਾਹੀਦਾ, ਹਰ ਵੇਲੇ ਸਿੱਖਣਾ ਚਾਹੀਦਾ, ਕਿਤਾਬਾਂ ਤੋਂ ਇਲਾਵਾ ਇਨਸਾਨਾਂ ਤੋਂ ਸਿੱਖਣਾ ਚਾਹੀਦਾ, ਜਾਨਵਰਾਂ ਤੋਂ ਸਿੱਖਣਾ ਚਾਹੀਦਾ। ਤੋ ਬੱਚੇ ਨੂੰ ਹਮੇਸ਼ਾ ਜਾਂ ਅਡਲਟ ਨੂੰ ਹਮੇਸ਼ਾ ਇੱਕ ਸਟੂਡੈਂਟ ਰਹਿਣਾ ਚਾਹੀਦਾ। ਅੱਜ ਕੱਲ੍ਹ ਦੇ ਸਮੇਂ ਵਿੱਚ ਨਾ ਐਜੂਕੇਸ਼ਨ ਇੱਕ ਕਮੋਡਿਟੀ ਦੇ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਦੁਕਾਨਾਂ ਸਜਾ ਕੇ ਬੈਠ ਗਏ ਐਜੂਕੇਸ਼ਨ ਦੀਆਂ। ਤੁਸੀਂ ਗੱਲ ਕਰ ਰਹੇ ਹੋ ਡਿਫਰੈਂਟ ਕਿ ਉਸ ਨੂੰ ਪ੍ਰੈਕਟੀਕਲ ਖੁਦ ਨੌਲੇਜ ਕਰੇ ਔਰ ਖੁਦ ਐਕਸਪੀਰੀਅੰਸ ਕਰੇ, ਇਹ ਐਕਸਪੀਰੀਅੰਸ ਪੰਜਾਬ ਦੇ ਵਿੱਚ ਕਿੰਨਾ ਕੁ ਕਾਰਗਰ ਤੁਸੀਂ ਦੇਖਦੇ ਹੋ? ਸਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਐਜੂਕੇਸ਼ਨ ਇੱਕ ਕਮੋਡਿਟੀ ਵਾਕਈ ਬਣ ਚੁੱਕੀ ਹੈ। ਵੀ ਆਹੀ ਇੱਕ ਮੈਂ ਛੋਟਾ ਜਿਹਾ ਐਗਜ਼ਾਮਪਲ ਤੁਹਾਨੂੰ ਦੇਣਾ ਕਿ ਅਸੀਂ 2 ਸਾਲ ਦੀ ਉਮਰ 'ਚ ਸਕੂਲ ਸ਼ੁਰੂ ਕਰਦੇ ਹਾਂ ਅਤੇ 2 ਸਾਲ ਤੋਂ ਲੈ ਕੇ ਲੈਟ ਸੇ 22 ਸਾਲ ਦੀ ਉਮਰ ਤੱਕ ਅਸੀਂ ਸਭ ਕੁਛ ਇੰਗਲਿਸ਼ 'ਚ ਪੜ੍ਹਦੇ ਹਾਂ, ਹਿੰਦੀ ਪੰਜਾਬੀ ਛੱਡ ਕੇ। ਫਿਰ ਵੀ ਅਗਰ ਸਾਨੂੰ ਆਈਲਟਸ ਦੀ ਕੋਚਿੰਗ ਲੈਣੀ ਪੈਂਦੀ ਹੈ ਤਾਂ ਸਾਡੇ ਸ਼ਰਮਨਾਕ ਚੀਜ਼ ਨਹੀਂ ਹੋ ਸਕਦੀ। ਸਾਡਾ ਫੋਕਸ ਜ਼ਿਆਦਾ ਕੁਆਂਟਿਟੀ ਵੱਲ ਹੋ ਗਿਆ ਰਾਦਰ ਦੈਨ ਕੁਆਲਿਟੀ। ਸਾਨੂੰ ਰੀਟਰੈਕਟ ਕਰਨਾ ਪਏਗਾ ਆਪਣੇ ਸਟੈਪਸ 'ਤੇ ਕਿ ਅਸੀਂ ਕੁਆਲਿਟੀ 'ਤੇ ਫੋਕਸ ਕਰੀਏ। ਉਹ ਕੁਆਲਿਟੀ ਕਿੱਦਾਂ ਆਏਗੀ ਕਿ ਕੁਆਲਿਟੀ ਤਾਂ ਆਏਗੀ ਅਗਰ ਅਸੀਂ ਕੁਆਲਿਟੀ ਵੱਲ ਫੋਕਸ ਕਰੀਏ, ਅਸੀਂ ਦੇਖੀਏ ਕਿ ਵਰਲਡ 'ਚ ਕੀ ਰਿਕੁਆਇਰਮੈਂਟ ਹੈ। ਤੁਸੀਂ ਅੱਜ ਤੋਂ 2 ਸਾਲ ਪਿੱਛੇ ਚੱਲ ਜਾਓ, AI ਦਾ ਕਿਸੇ ਨੂੰ ਕੁਛ ਪਤਾ ਨਹੀਂ ਹੈ। ਅੱਜ ਤੁਸੀਂ ਦੇਖੋ AI ਨੇ ਕਿੰਨੀ ਐਡਵਾਂਸਮੈਂਟ ਕਰ ਲਈ ਹੈ ਕਿ ਅਸੀਂ ਅਪਡੇਟ ਹੀ ਨਹੀਂ ਹੋ ਪਾ ਰਹੇ, ਅਤੇ ਸਪੈਸ਼ਲੀ ਛੋਟੇ ਸ਼ਹਿਰ ਪਠਾਨਕੋਟ ਵਰਗੇ ਸ਼ਹਿਰ, ਉਹ ਜਿੱਥੇ ਟ੍ਰੈਂਡ ਤਕਰੀਬਨ 3-4 ਸਾਲ ਬਾਅਦ ਆਉਣਾ, ਉਹ ਚੀਜ਼ ਨੂੰ ਸਕੂਲਸ ਨੂੰ ਰੈਡੀ ਰਹਿਣਾ ਚਾਹੀਦਾ। ਨੋਟ ਈਵਨ ਸਕੂਲਸ, ਮੈਂ ਕਹਿੰਦਾ ਕੋਈ ਵੀ ਐਜੂਕੇਸ਼ਨ ਦਾਇਰਾ, ਕੋਈ ਵੀ ਪੜ੍ਹਾਈ ਦਾ ਦਾਇਰਾ, ਉਹਨੂੰ ਆਪਣੇ ਆਪ ਨੂੰ ਅਪਡੇਟਡ ਰੱਖਣਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਅਸੀਂ ਪ੍ਰਿਪੇਅਰ ਕਰ ਸਕੀਏ ਫਿਊਚਰ ਵਾਸਤੇ। ਪੇਰੈਂਟਸ ਕਿੰਨਾ ਕੁ ਤਿਆਰ ਆ ਬੱਚਿਆਂ ਦੀ ਇਹ ਸਾਰੀ ਐਡਵਾਂਸ ਸਟੱਡੀ ਵਾਸਤੇ? ਪੇਰੈਂਟਸ ਕਿੰਨਾ ਕੁ ਸਹਿਯੋਗ ਕਰਦੇ ਆ, ਔਰ ਕੀ ਉਹ ਸੱਚੀ ਮੁੱਚੀ ਐਜੂਕੇਸ਼ਨ ਚਾਹੁੰਦੇ ਜਾਂ ਆਪਣੇ ਬੱਚੇ ਨੂੰ ਤਿਆਰ ਕਰਕੇ ਵਿਦੇਸ਼ ਭੇਜਣਾ? ਕੀ ਮੋਟੋ ਸਮਝਦੇ? ਸਰ ਮੈਂ ਤਾਂ ਆਪਣੇ ਆਪ ਨੂੰ ਬੜਾ ਮਤਲਬ ਕਿ ਬਲੈਸਡ ਸਮਝਣਾ ਕਿ ਸਾਨੂੰ ਅੱਛੀ ਪੇਰੈਂਟਸ ਬੋਡੀ ਮਿਲੀ ਹੈ, ਉਹ ਸਾਡੇ 'ਤੇ ਵਿਸ਼ਵਾਸ ਰੱਖਦੀ ਹੈ। ਪੇਰੈਂਟਸ ਨੂੰ ਸਕੂਲ ਦਾ ਇੱਕ ਹੋਰ ਦਾਇਤਵ ਹੈ ਪੇਰੈਂਟਸ ਨੂੰ ਅਵੇਅਰ ਕਰਨਾ ਕਿ ਇਹ ਚੱਲ ਰਿਹਾ ਜੀ। ਹੁਣ ਤੁਸੀਂ ਸਰ ਦੇਖੋ, ਅੱਜ ਤੋਂ 15 ਸਾਲ ਪਹਿਲੇ ਡਾਕਟਰਸ ਇੰਜੀਨੀਅਰਸ ਹੁੰਦੇ ਸੀ, ਹੁਣ ਅੱਜ ਪੋਡਕਾਸਟ ਵੱਲ ਬੱਚੇ ਕਿੰਨੇ ਜਾ ਰਹੇ ਨੇ, ਇਨਫਲੂਐਂਸਰਸ ਬਣ ਰਹੇ ਨੇ, ਕੋਈ ਓਸ਼ਨ ਇੰਜੀਨੀਅਰਿੰਗ ਵੱਲ ਜਾ ਰਿਹਾ, ਇੰਨੀ ਜ਼ਿਆਦਾ ਜੋਬਸ ਹੋ ਗਈਆਂ। ਉਹ ਅਵੇਅਰਨੈਸ ਕਰਨਾ ਵੀ, ਅਵੇਅਰ ਕਰਵਾਉਣਾ ਵੀ ਸਾਡੀ ਜ਼ਿੰਮੇਵਾਰੀ। ਰਹੀ ਗੱਲ
ਬਾਹਰ ਭੇਜਣ ਦੀ ਹੈ, ਬਹੁਤ ਵੱਡਾ ਇੱਕ ਨਾਜ਼ੁਕ ਮੁੱਦਾ। ਪਹਿਲੀ ਗੱਲ ਤਾਂ ਸਾਨੂੰ ਬਾਹਰ ਭੇਜਣ ਦੀ ਲੋੜ ਕਿਉਂ ਪੈ ਰਹੀ ਹੈ? ਇਹ ਇੱਕ ਸੋਚਣ ਦਾ ਵਿਸ਼ਾ ਹੈ ਕਿ ਅਸੀਂ ਇੰਨਾ ਵੱਡਾ ਦੇਸ਼ ਹੋ ਕੇ, ਐਪਲ 'ਚ ਇੰਡੀਅਨਸ ਕਿੰਨੇ ਲੱਗੇ ਦੇ ਆ, ਗੂਗਲ ਦੇ CEO ਇੰਡੀਅਨ ਆ, ਤਾਂ ਕਿਉਂ ਨਹੀਂ ਸਾਡੇ ਬੱਚੇ ਇੱਥੇ ਕੁਛ ਕਰ ਰਹੇ? ਕਿ ਮਤਲਬ ਕਿਤੇ ਨਾ ਕਿਤੇ ਸਾਡੇ ਸਕੂਲਾਂ 'ਚ, ਕਾਲਜਾਂ 'ਚ, ਸਾਡੇ ਐਜੂਕੇਸ਼ਨ ਸਿਸਟਮ 'ਚ ਫੋਲਟ ਹੈ ਜਿਹੜਾ ਕਾਰਨ ਬੱਚੇ ਬਾਹਰ ਨੂੰ ਕਰ ਰਹੇ ਆ। ਮੈਂ ਇਹਨੂੰ ਬ੍ਰੇਨ ਡਰੇਨ ਕਹਿੰਦਾ, ਇਹ ਬ੍ਰੇਨ ਡਰੇਨ ਹੈ। ਸਾਡੀ ਸਾਰਾ ਅੱਛਾ ਬ੍ਰੇਨਸ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਜਾ ਰਿਹਾ, ਉਹਨੂੰ ਵੀ ਰੋਕਣ ਵਾਸਤੇ ਸਾਨੂੰ ਸਾਡਾ ਜਿਹੜਾ ਕਰੀਕੁਲਮ ਹੈ, ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ, ਉਹਨੂੰ ਸਟੈਪ ਅਪ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਵੇਲੇ। ਜਿਹੜਾ ਓਵਰਆਲ ਬਾਕੀ ਐਜੂਕੇਸ਼ਨ ਦਾ ਸਿਨੈਰੀਓ ਹੈ, ਅਗਰ ਉਸ ਦੇ ਨਾਲ ਅਸੀਂ ਕੰਪੇਅਰ ਕਰੀਏ ਤਾਂ ਗੌਰਮੈਂਟ ਦੀ ਕਿੰਨੀ ਕੁ ਇੰਟਰਫੇਰੈਂਸ ਤੁਸੀਂ ਦੇਖਦੇ ਹੋ, ਔਰ ਅਟੋਨਮੀ ਕਿੰਨੀ ਕੁ ਐਜੂਕੇਸ਼ਨ ਦੇ ਵਿੱਚ ਨੀਡਿਡ ਹੈਗੀ? ਦੇਖੋ ਸਰ, ਗੌਰਮੈਂਟ ਦੀ ਬੜੀ ਹੱਦ ਤੱਕ ਇੰਟਰਫੇਰੈਂਸ ਹੋਣੀ ਵੀ ਚਾਹੀਦੀ ਹੈ, ਅਗਰ ਨਾ ਕਰੀਏ ਫਿਰ ਤਾਂ ਲੋਲੈਸਨੈਸ ਹੋ ਜਾਏਗਾ। ਹੁਣ ਵੀ ਤੁਸੀਂ ਦੇਖੋ ਸਕੂਲਾਂ 'ਚ ਛੁੱਟੀਆਂ ਪੈ ਗਈਆਂ, ਲੇਕਿਨ ਕਈ ਸਕੂਲ ਅਜੇ ਵੀ ਰਨ ਕਰ ਰਹੇ ਨੇ। ਕੱਲ੍ਹ ਮੈਂ ਪੜ੍ਹ ਰਿਹਾ ਸੀ, ਕਈ ਜਗ੍ਹਾ ਫਾਈਨ ਵੀ ਲੱਗੇ ਆ। ਇੱਕ ਫਾਈਨ ਬੈਲੈਂਸ ਹੋਣਾ ਚਾਹੀਦਾ, ਅਟੋਨਮੀ ਵੀ ਹੋਣੀ ਚਾਹੀਦੀ ਹੈ ਸਕੂਲਾਂ 'ਚ, ਅਤੇ ਗਵਰਨਮੈਂਟ ਦੀ ਇੰਟਰਫੇਰੈਂਸ ਵੀ ਜ਼ਰੂਰੀ ਹੈ। ਬੈਲੈਂਸ ਹੋਣਾ ਚਾਹੀਦਾ, ਔਰ ਮੇਰੇ ਖਿਆਲ ਨਾਲ ਇਸ ਵੇਲੇ ਮੌਜੂਦਾ ਸਰਕਾਰ ਇਹ ਬੈਲੈਂਸ ਮੇਨਟੇਨ ਕਰ ਰਹੀ ਹੈ, ਪ੍ਰੀਵੀਅਸ ਸਰਕਾਰਾਂ ਵੀ ਮੇਨਟੇਨ ਕਰ ਰਹੀਆਂ। ਅੱਛੀ ਗੱਲ ਇਹ ਹੈ ਕਿ ਨਿਊ ਐਜੂਕੇਸ਼ਨ ਪੋਲਿਸੀ ਨਾਲ ਬਹੁਤ ਜ਼ਿਆਦਾ ਹੋਪਸ ਹੈ, ਔਰ ਕਾਫੀ ਚੀਜ਼ਾਂ ਚੇਂਜ ਵੀ ਹੋ ਰਹੀਆਂ, ਨਵੇਂ ਸਬਜੈਕਟਸ ਇੰਟਰਡਿਊਸ ਹੋ ਰਹੇ ਨੇ, ਨਵੇਂ ਕੋਰਸਿਸ ਅਪਡੇਟ ਕਰ ਰਹੇ ਨੇ, ਉਹ ਬਹੁਤ ਅੱਛੀ ਚੀਜ਼ਾਂ। ਤੁਸੀਂ ਨਿਊ ਐਜੂਕੇਸ਼ਨ ਪੋਲਿਸੀ ਦੀ ਗੱਲ ਕੀਤੀ ਤਾਂ ਇਹਦੇ ਵਿੱਚ ਮਲਟੀ ਡਿਸਿਪਲਿਨਰੀ ਜਿਹੜਾ ਐਜੂਕੇਸ਼ਨ ਦੀ ਗੱਲ ਕੀਤੀ, ਸਾਡੀਆਂ ਵਿੱਦਿਅਕ ਸੰਸਥਾਵਾਂ ਤਿਆਰ, ਕੀ ਕੈਲੇਡੋਨੀਅਨ ਤਿਆਰ ਇਸ ਸਾਰੇ ਬਲੈਂਡ ਬਣਾਉਣ ਵਾਸਤੇ? ਸਰ, ਨਿਊ ਐਜੂਕੇਸ਼ਨ ਪੋਲਿਸੀ ਆਈ ਹੈ ਮੋਦੀ ਸਰਕਾਰ ਦੇ ਟਰਮ 'ਚ, ਅਸੀਂ ਸਰ 2013 ਤੋਂ ਮਲਟੀ ਡਿਸਪਲਿਨਰੀ ਕਰ ਰਹੇ ਹਾਂ, ਅਸੀਂ 2013 ਤੋਂ ਸ਼ੁਰੂ ਕੀਤਾ ਸੀ। ਮਲਟੀ ਡਿਸਪਲਿਨਰੀ ਕਰਨਾ ਇੱਕ ਬਹੁਤ ਵੱਡਾ ਚੈਲੇਂਜ ਹੈ ਟੀਚਰਸ ਵਾਸਤੇ, ਕਹਿਣਾ ਤਾਂ ਬੜਾ ਅੱਛਾ ਲੱਗਦਾ ਕਿ ਹਾਂ ਮਲਟੀ ਡਿਸਪਲਿਨਰੀ, ਬਟ ਉਹਨੂੰ ਇੰਪਲੀਮੈਂਟ ਕਰਨਾ ਇੱਕ ਬਹੁਤ ਵੱਡਾ ਚੈਲੇਂਜ ਹੈ। ਉਹਨੂੰ ਆਪਾਂ ਸਾਡੀ ਬੁੱਕਸ ਹੀ, ਸਾਡੀ ਜਿੰਨੀ ਸਾਡੇ ਅਸੀਂ ਬੁੱਕਸ ਯੂਜ ਕਰਨੇ ਸਾਰੇ ਫੋਰਨ ਪਬਲੀਕੇਸ਼ਨਸ ਹੈ, ਟੀਚਰਸ ਨੂੰ ਅਸੀਂ ਟ੍ਰੇਨ ਕਰਵਾ ਰੱਖਿਆ। ਇਹ 'ਚ ਟੀਚਰਸ 'ਚ ਇਨਵੈਸਟਮੈਂਟ ਬਹੁਤ ਜ਼ਰੂਰੀ ਹੈ, ਮਲਟੀ ਡਿਸਪਲਿਨਰੀ, ਟਰਾਂਸ ਡਿਸਪਲਿਨਰੀ ਬਹੁਤ ਜ਼ਿਆਦਾ। ਸਾਡਾ ਇੱਕ ਸਬਜੈਕਟ ਹੁੰਦਾ ਹੈ IDU ਸਬਜੈਕਟ ਹੁੰਦਾ ਕਿ ਉਹ ਦੋ ਸਬਜੈਕਟਾਂ ਦਾ ਕੰਬਾਈਨ ਸਬਜੈਕਟ ਹੁੰਦਾ। ਹੁਣ ਇੱਕ ਸਰ ਇੱਕ ਕਿਤਾਬ ਹੈ, ਇਫ ਅ ਵਰਲਡ ਵਰ ਵਿਲੇਜ ਆਫ 100 ਪੀਪਲ, ਉਹ 'ਚ ਇਹ ਦੱਸਿਆ ਗਿਆ ਅਗਰ ਇਹ ਸੰਸਾਰ 'ਚ 100 ਲੋਕ ਹੁੰਦੇ, ਕਿੰਨੇ ਲੋਕ ਇੰਗਲਿਸ਼ ਬੋਲਦੇ, ਕਿੰਨੇ ਲੋਕ ਹਿੰਦੂ ਹੁੰਦੇ, ਕਿੰਨੇ ਲੋਕ ਕ੍ਰਿਸਚਨ ਹੁੰਦੇ, ਕਿੰਨੇ ਲੋਕ ਏਸ਼ੀਅਨ ਹੁੰਦੇ। ਇਹ ਹੈ ਇੰਗਲਿਸ਼ ਦੀ ਬੁੱਕ ਹੈ, ਲੇਕਿਨ ਸਾਰਾ ਮੈਥਮੈਟਿਕਸ ਹੈ। ਇਹ 'ਚ ਫਰੈਕਸ਼ਨਸ ਕਰਵਾ ਸਕਦੇ ਹੋ, ਤੁਸੀਂ ਪਰਸੈਂਟੇਜ ਕਰਾ ਸਕਦੇ ਹੋ, ਤੁਸੀਂ ਡੇਟਾ ਹੈਂਡਲਿੰਗ ਕਰਵਾ ਸਕਦੇ ਹੋ, ਬੜਾ ਕੁਛ ਤੁਸੀਂ ਇੱਥੋਂ ਕੱਢ ਸਕਦੇ ਹੋ, ਲੇਕਿਨ ਇਹਨੂੰ ਕਹਿੰਦੇ ਆ ਟ੍ਰਾਂਸਡਿਸਪਲਿਨ। ਇਹਦੇ ਵਾਸਤੇ ਸਾਡੇ ਸਕੂਲਸ ਨੂੰ ਬਹੁਤ ਅੱਛੀ ਲਾਇਬ੍ਰੇਰੀਜ਼ ਹੋਣੀ ਚਾਹੀਦੀ ਹੈ, ਬਹੁਤ ਅੱਛੇ ਟੀਚਰ ਟ੍ਰੇਨਿੰਗ ਪ੍ਰੋਗਰਾਮਸ ਹੋਣੇ ਚਾਹੀਦੇ ਆ। ਅਤੇ ਪਿਛਲੇ ਅਸੀਂ ਕੋਈ ਤਕਰੀਬਨ 11 ਸਾਲ ਤੋਂ ਅਸੀਂ ਇਹ ਕਰ ਰਹੇ ਹਾਂ, ਅਤੇ ਵੀ ਬੜਾ ਫਕਰ ਨਾਲ ਕਹਿ ਸਕਦੇ ਹਾਂ ਕਿ ਸਾਡੇ ਬੱਚੇ ਪ੍ਰਿਪੇਅਰਡ ਹੈ ਇਸ ਚੀਜ਼ ਵਾਸਤੇ। ਪਲੇਵੇ ਮੈਥਡ ਦੇ ਨਾਲ ਬੱਚਿਆਂ ਨੂੰ ਪੜ੍ਹਾਉਣਾ, ਇਨਫਰਾਸਟ੍ਰਕਚਰ ਸਾਡੇ ਕੋਲ ਉਸ ਲੈਵਲ ਦਾ ਮੁਹੱਈਆ ਹੋਣਾ, ਟੀਚਰਸ ਦਾ ਉਸ ਲੈਵਲ ਦਾ ਤਿਆਰ ਹੋਣਾ, ਇਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਿੱਦਾਂ ਤੁਸੀਂ ਕਰ ਪਾ ਰਹੇ ਹੋ? ਸਰ, ਮੇਰੇ ਵਾਸਤੇ ਨਾ ਪਲੇਵੇ ਮੈਥਡ ਹੋ ਗਿਆ, ਜਾਂ ਆਈਪੈਡ ਬੱਚਿਆਂ ਨੂੰ ਦੇ ਦਿੱਤਾ, ਜਾਂ ਸਕਰੀਨਾਂ ਦੇ ਦਿੱਤੀਆਂ, ਮੈਟਰ ਨਹੀਂ ਕਰਦੀਆਂ। ਸਭ ਤੋਂ ਵੱਡਾ ਜਿਹੜਾ ਮੈਟਰ ਹੈ ਨਾ, ਜੋ ਐਡਰੈਸ ਕਰਨ ਦੀ ਜ਼ਰੂਰਤ ਹੈ, ਕਿ ਸਾਨੂੰ ਟੀਚਰ ਲੈਡ ਕਲਾਸਰੂਮ ਤੋਂ ਸ਼ਿਫਟ ਹੋਣਾ ਚਾਹੀਦਾ ਲਰਨਰ ਸੈਂਟਰਡ ਕਲਾਸਰੂਮ 'ਚ। ਟੀਚਰ ਪੜ੍ਹਨ ਨਹੀਂ ਆ ਰਹੇ, ਬੱਚੇ ਪੜ੍ਹਨ ਆ ਰਹੇ ਆ। ਅਸੀਂ ਬੱਚਿਆਂ ਨੂੰ ਪੁੱਛਣਾ, ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਅਗਰ ਮੈਂ ਟ੍ਰਿਗਨੋਮੈਟਰੀ ਕਰ ਰਿਹਾ, ਇਹ ਟ੍ਰਿਗਨੋਮੈਟਰੀ ਦਾ ਮੇਰੀ ਲਾਈਫ 'ਚ ਕੀ ਯੂਜ਼ ਹੈ।
ਹੁਣ ਦੇਖੋ ਸਰ ਅਸੀਂ ਪੜ੍ਹੇ ਅਸੀਂ ਐਲਜਬਰਾ ਪੜ੍ਹੇ ਐਕਸ ਵਾਈ ਜ਼ੀ ਕਰਦੇ ਰਹੇ, ਸਾਨੂੰ ਪੂਰੀ ਲਾਈਫ ਨਹੀਂ ਸਮਝ ਆਈ ਕਿ ਇਹਨੂੰ ਰੀਅਲ ਲਾਈਫ 'ਚ ਕਿੱਦਾਂ ਇੰਪਲੀਮੈਂਟ ਕਰਨਾ। ਹੁਣ ਸਾਡੇ ਇੱਥੇ ਇਹ ਸਿਖਾਇਆ ਜਾਂਦਾ 8th ਕਲਾਸ 'ਚ ਟ੍ਰਿਗਨੋਮੈਟ੍ਰੀ ਕਰਨਾ, ਇੱਕ ਡਿਵਾਈਸ ਆਉਂਦਾ ਕਲੀਨੋਮੀਟਰ। ਕਲੀਨੋਮੀਟਰ ਬੱਚਾ ਕੋਈ 100 ਮੀਟਰ ਦੂਰ ਤੋਂ ਨਾ ਬਿਲਡਿੰਗ ਹਾਈਟ ਉਹ ਟ੍ਰਿਗਨੋਮੈਟ੍ਰੀ ਨਾਲ ਮੇਜਰ ਕਰ ਦਿੰਦਾ ਵਿਦਾਊਟ ਯੂਜ਼ਿੰਗ ਕੋਈ ਮੇਜਰਿੰਗ ਟੇਪ ਨਹੀਂ ਯੂਜ਼ ਕਰਨੀ। ਉੱਥੇ ਬੱਚੇ ਨੂੰ ਸਮਝਦਾ ਅੱਛਾ ਅੱਛਾ ਇਸ ਤਰ੍ਹਾਂ ਟ੍ਰਿਗਨੋਮੈਟ੍ਰੀ ਯੂਜ਼ ਕਰਨੀ ਹੈ, ਪਾਇਥਾਗੋਰਸ ਥਿਊਰਮ ਅੱਧਾ ਯੂਜ਼ ਕਰਨੀ। ਇਹ ਚੀਜ਼ਾਂ ਬੱਚਿਆਂ ਨੂੰ ਜ਼ਿਆਦਾ ਇੰਪੋਰਟੈਂਟ ਹੈ ਮੇਰੇ ਹਿਸਾਬ ਨਾਲ। ਰਹੀ ਗੱਲ ਪਲੇਵੇ ਮੈਥਡ ਵਗੈਰਾ, ਸਰ ਪਲੇਵੇ ਮੈਥਡ ਅੱਜ ਨਹੀਂ ਆਇਆ, ਤੋ ਸ਼ੁਰੂ ਤੋਂ ਪਲੇਵੇ ਮੈਥਡ ਰਿਹਾ। ਹੁਣ ਸਾਡੇ ਜਿਹੜੇ ਪੁਰਾਣੇ ਆਪਾਂ ਸਦੀਓ ਪੁਰਾਣਾ ਸਾਡਾ ਗੁਰੂਕੁਲ ਸਿਸਟਮ, ਉਹ 'ਚ ਵੀ ਲਰਨਿੰਗ ਬਾਈ ਡੂਇੰਗ ਹੀ, ਉਹ ਵੀ ਪਲੇਵੇ ਮੈਥਡ ਹੀ। ਪਲੇਵੇ ਮੈਥਡ ਇੱਕ ਤੁਸੀਂ ਸਮਝ ਲਓ ਕਿ ਮਾਰਕੀਟਿੰਗ ਸਟ੍ਰੈਟਜੀ ਲਗਾ ਲਓ, ਮੇਰੇ ਹਿਸਾਬ ਨਾਲ ਉਹ ਹੈ, ਮੈਂ ਗਲਤ ਵੀ ਹੋ ਸਕਦਾ, ਮੇਰੀ ਥੋਟ ਪ੍ਰੋਸੈਸ ਹੈ। ਤੁਹਾਡਾ ਮੈਂ ਕੈਂਪਸ ਦੇਖ ਰਿਹਾ ਸੀਗਾ, ਬੜਾ ਇਨਵਾਇਰਮੈਂਟ ਫਰੈਂਡਲੀ ਕੈਂਪਸ ਤੁਸੀਂ ਰੱਖਿਆ ਔਰ ਬਹੁਤ ਸਾਰੇ ਟ੍ਰੀਜ਼, ਔਰ ਇਹਦੇ ਵਿੱਚ ਬੱਚਿਆਂ ਦੀ ਮੂਵਮੈਂਟ ਔਰ ਕਿਸ ਤਰੀਕੇ ਨਾਲ ਤੁਸੀਂ ਨੇਚਰ ਦੇ ਜਦੋਂ ਬੱਚੇ ਨੇੜੇ ਜਾਂਦੇ ਆ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਪੋਜ਼ਿਟਿਵਿਟੀ ਆਉਂਦੀ ਮਾਹੌਲ 'ਚ? ਸਰ ਸਭ ਤੋਂ ਵੱਡਾ ਟੀਚਰ ਪਹਿਲੇ ਤਾਂ ਮਾਂ ਹੁੰਦੀ ਹੈ, ਅਤੇ ਉਸ ਤੋਂ ਬਾਅਦ ਨੇਚਰ ਹੁੰਦੀ। ਨੇਚਰ ਜਿੰਨਾ ਕੁਛ ਤੁਹਾਨੂੰ ਸਿਖਾ ਸਕਦੀ ਉਨਾ ਕੋਈ ਕੁਛ ਨਹੀਂ ਸਿਖਾ ਸਕਦਾ। ਸਾਡੇ ਅਸੀਂ ਰਿਜੀਓ ਮਿਲੀਆ ਅਪਰੋਚ ਯੂਜ਼ ਕਰਦੇ ਹਾਂ। ਕਈ ਸਕੂਲਸ ਹੁੰਦੇ ਆ ਜਿਸ ਉਹ ਕਹਿੰਦੇ ਕਿ ਉਹਨਾਂ ਨੇ ਨਾ ਟੀਚਿੰਗ ਡਿਵਾਈ ਏਡਸ ਰੱਖੀ ਦੀਆਂ, ਇਹ ਰਫ ਹੁੰਦਾ ਇਹ ਸੋਫਟ ਹੁੰਦਾ। ਅਸੀਂ ਬੱਚਿਆਂ ਨੂੰ ਕਹਿੰਦਾ ਪੱਥਰ ਹੀ ਲੈ ਕੇ ਆਓ ਬਾਹਰ, ਪੱਤੇ ਲੈ ਕੇ ਆਓ, ਘਾਸ ਲੈ ਕੇ ਆਓ, ਫੈਦਰ ਡਿੱਗੇ ਦੇ ਹੁੰਦੇ ਪੰਛੀਆਂ ਦੇ ਉਹ ਲੈ ਕੇ ਆਓ। ਉਹ ਚੀਜ਼ਾਂ ਨੇਚਰ ਬਹੁਤ ਜ਼ਰੂਰੀ ਹੈ, ਅਤੇ ਜੋ ਜਿਸ ਤਰ੍ਹਾਂ ਅਸੀਂ ਡੈਵੀਏਟ ਹੋ ਰਹੇ ਹਾਂ ਟੈਕਨੋਲੋਜੀ ਵੱਲ, ਅਸੀਂ ਨੇਚਰ ਤੋਂ ਦੂਰ ਹੋ ਰਹੇ ਹਾਂ। ਪਹਿਲੇ ਟਾਈਮ 'ਤੇ ਗਲੀਆਂ 'ਚ ਬੱਚੇ ਕ੍ਰਿਕਟ ਖੇਡਦੇ ਸੀ, ਬਾਗਾਂ 'ਚ ਜਾਂਦੇ ਸੀ, ਅੰਬ ਤੋੜਦੇ ਸੀ, ਅੱਜ ਉਹ ਚੀਜ਼ਾਂ ਖਤਮ ਹੋ ਗਈਆਂ। ਅਤੇ ਸਾਡੇ ਕੈਂਪਸ 'ਚ ਬੱਚੇ ਖੁਦ ਹੀ ਗਾਰਡਨਿੰਗ ਕਰਦੇ, ਅਸੀਂ ਕਿਚਨ ਗਾਰਡਨ ਨਾਲ ਰੱਖਿਆ, ਬੱਚੇ ਖੁਦ ਹੀ ਉਹ ਕਿਚਨ ਗਾਰਡਨ ਦਾ ਪ੍ਰੋਡਿਊਸ ਸਕੂਲ 'ਚ ਖੁਦ ਹੀ ਖਾਂਦੇ ਨੇ, ਖੁਦ ਹੀ ਗਾਉਂਦੇ, ਖੁਦ ਹੀ ਖਾ ਰਹੇ। ਬੇਸ਼ੱਕ ਸਾਰਾ ਪੂਰਾ ਨਹੀਂ ਹੁੰਦਾ, ਲੇਕਿਨ ਫਿਰ ਵੀ ਉਹਨਾਂ ਨੂੰ ਥੋਟ ਪ੍ਰੋਸੈਸ ਉਹ ਨਹੀਂ। ਅੱਜ ਕੱਲ੍ਹ ਟ੍ਰੈਂਡ ਬਹੁਤ ਚੱਲ ਗਿਆ ਔਰਗੈਨਿਕ ਔਰਗੈਨਿਕ, ਅਤੇ ਅਸੀਂ ਤਾਂ ਔਰਗੈਨਿਕ ਚੀਜ਼ 'ਤੇ ਬੱਚਾ ਅਗਰ ਖੁਦ ਗਰੋ ਕਰੇ ਔਰਗੈਨਿਕ ਹੈ, ਅਤੇ ਨੇਚਰ ਨਾਲ ਸਭ ਤੋਂ ਜ਼ਰੂਰੀ ਹੈ ਨੇਚਰ ਨਾਲ ਬੱਚੇ ਨੂੰ ਅਟੈਚ ਹੋਣਾ। ਤੁਹਾਡਾ ਫੈਮਿਲੀ ਦਾ ਅਗਰ ਬੈਕਡ੍ਰੋਪ ਦੇਖਿਆ ਜਾਏ ਤਾਂ ਇੱਕ ਬਿਜ਼ਨਸ ਫੈਮਿਲੀ ਸੀਗੀ ਔਰ ਬ੍ਰਿਕਸ ਦੀ ਲਾਈਨ ਦੇ ਵਿੱਚ ਸੀਗੇ, ਦੈਨ ਡਿਫਰੈਂਟ ਡਿਫਰੈਂਟ ਬਿਜ਼ਨਸ ਵਿੱਚ ਸੀ, ਐਜੂਕੇਸ਼ਨ ਦੇ ਨਾਲ ਕਿੱਦਾਂ ਤੁਹਾਡਾ ਜੁੜਾਵ ਹੈ? ਸਰ ਮੈਂ ਖੁਦ ਇੰਜੀਨੀਅਰ ਹਾਂ, ਅਤੇ ਮੇਰੇ ਫਾਦਰ ਨੇ ਜਿਸ ਤਰ੍ਹਾਂ ਸਾਰਿਆਂ ਦੇ ਪੇਰੈਂਟਸ ਨੂੰ ਹੁੰਦਾ ਕਿ ਬੱਚਾ ਇੱਕ ਵਾਰ ਬਾਹਰ ਹੋ ਕੇ ਆਏ, ਮੈਨੂੰ ਇੰਗਲੈਂਡ ਭੇਜਿਆ ਸੀ, ਅਤੇ ਇੰਗਲੈਂਡ ਮੈਂ ਸਕੋਟਲੈਂਡ ਟੂ ਬ੍ਰਿਪਰਸਾਈਜ਼, ਮੈਂ ਗਲਾਸਗੋ 'ਚ ਰਿਹਾ, ਉੱਥੇ ਮੈਂ ਆਪਣੀ ਮਾਸਟਰਸ ਕੀਤੀ ਇੰਜੀਨੀਅਰਿੰਗ, ਅਤੇ ਮੈਂ ਪਹਿਲਾ ਏਸ਼ੀਅਨ ਟੋਪਰ ਸੀ ਸਰ ਆਪਣੀ ਯੂਨੀਵਰਸਿਟੀ ਦਾ। ਅਤੇ ਮੇਰੇ ਫਾਦਰ ਨੇ ਜਦੋਂ ਵਾਪਸ ਮੈਂ ਆਇਆ, ਅਤੇ ਮੇਰਾ ਵੀ ਮਨ ਟ੍ਰੈਡੀਸ਼ਨਲ ਬਿਜ਼ਨਸ 'ਚ ਲੱਗਿਆ, ਅਤੇ ਮੈਂ ਇੱਕ ਚੇਂਜ ਲਿਆਉਣਾ ਚਾਹੁੰਦਾ ਕਿ ਆਪਾਂ ਜਦੋਂ ਵੱਡੇ ਹੋਏ ਸਰ, ਅਸੀਂ ਡਰਦੇ ਹੀ ਹੱਥ ਰੇਜ਼ ਕਰਨ ਵਾਸਤੇ ਕਲਾਸਰੂਮ 'ਚ ਕਿ ਟੀਚਰ ਅਗਰ ਗਲਤ ਜਵਾਬ ਦਿੱਤਾ ਟੀਚਰ ਨੇ ਬੇਇੱਜ਼ਤੀ ਕਰ ਦੇਣੀ, ਯਾਰ ਸਕੂਲ 'ਚ ਬੇਇੱਜ਼ਤੀ ਹੋ ਜਾਣੀ। ਉਸ ਚੀਜ਼ ਨੂੰ ਬੱਚਿਆਂ ਦਾ ਡਰ ਕੱਢਣ ਤੋਂ ਮੇਨ ਏਮ ਅਸੀਂ ਸਕੂਲ ਸਟਾਰਟ ਕੀਤਾ, ਐਸੀ ਕਾਰਨ ਕਿ ਜਿਹੜਾ ਬੱਚਾ ਪਠਾਨਕੋਟ, ਗੁਰਦਾਸਪੁਰ ਜਾਂ ਛੋਟੇ ਸ਼ਹਿਰਾਂ 'ਚ ਪੈਦਾ ਹੁੰਦਾ, ਉਹਨੂੰ ਕਿਸੇ ਵੀ ਐਕਸਪੋਜਰ ਵਰਲਡ ਲੈਵਲ 'ਤੇ ਜੋ ਵੀ ਚੀਜ਼ਾਂ ਹੋ ਰਹੀਆਂ ਉਹ ਤੋਂ ਐਕਸਪੋਜਰ ਤੋਂ ਕੋਈ ਮਤਲਬ ਕਿ ਘਾਟ ਨਾ ਹੋਏ। ਮੈਂ ਆਪਣਾ ਪਰਸਨਲ ਤੁਹਾਨੂੰ ਐਗਜ਼ਾਮਪਲ ਦੱਸਣਾ, ਸਰ ਮੈਂ 10th ਕੰਪਲੀਟ ਕੀਤੀ, ਮੇਰੇ ਫਾਦਰ ਨੇ ਕਿਹਾ ਕਿ ਇੰਜੀਨੀਅਰਿੰਗ ਕਰੋ, ਉਸ ਟਾਈਮ 'ਤੇ ਇੰਜੀਨੀਅਰਿੰਗ ਮੈਨੂੰ ਦਿੱਲੀ ਭੇਜਤਾ ਮੇਰੇ ਰਿਲੇਟਿਵਸ ਕੋਲ,
ਮੇਰੇ ਕਜ਼ਨ ਨੇ ਇੱਕ ਜਰਸੀ ਕੱਢੀ ਫੁੱਟਬਾਲ ਦੀ, ਉਹਦੇ ਪਿੱਛੇ 10 ਨੰਬਰ ਲਿਖੋਏ ਦਾ ਸੀ। ਮੈਂ ਹੱਸਣ ਲੱਗ ਪਿਆ, ਮੈਂ ਕਿਹਾ 10 ਨੰਬਰ ਮਤਲਬ ਲਾਸਟ 'ਚ ਹੈ ਤੂੰ? ਉਹ ਕਹਿੰਦਾ ਬੇਵਕੂਫ ਤੇਰੇ ਕੋਲ ਪਤਾ ਨਹੀਂ ਹੈ, 10 ਨੰਬਰ ਮਤਲਬ ਟੌਪ ਕਾ ਪਲੇਅਰ ਕੋਲ 10 ਨੰਬਰ ਜਰਸੀ ਮਿਲਦੀ ਹੈ। ਲੇਕਿਨ ਉਹ 'ਚ ਮੇਰਾ ਕਸੂਰ ਨਹੀਂ, ਕਿਉਂਕਿ ਸਾਨੂੰ ਸਕੂਲ 'ਚ ਕਦੀ ਫੁੱਟਬਾਲ ਦਿਖਾਇਆ ਹੀ ਨਾ, ਸੋਕਰ ਦਿਖਾਇਆ, ਅਤੇ ਮੈਨੂੰ ਬੜੀ ਉਹ ਗੱਲ ਨਾਲ ਫੀਲ ਹੋਈ, ਅਤੇ ਉਹ ਸਮਝੋ ਇੱਕ ਮੋਟੋ ਬਣ ਗਿਆ। ਅੱਜ ਦੀ ਡੇਟ 'ਚ ਅਸੀਂ ਐਸੀ ਐਸੀ ਚੀਜ਼ਾਂ ਕਰ ਰਹੇ ਨੇ ਜਿਹਦੇ ਦਿੱਲੀ ਬੰਬੇ ਸਕੂਲਸ ਵੀ ਕਰ ਰਹੇ ਨੇ। ਫਾਰਮੂਲਾ ਵਨ ਕੰਪਨੀ ਜਿਹੜੀ ਹੈ ਉਹਨਾਂ ਨਾਲ ਸਾਡਾ ਟਾਈਅਪ ਹੈ, ਬੱਚੇ 3D ਪ੍ਰਿੰਟਿੰਗ ਯੂਜ਼ ਕਰਕੇ ਕਾਰਜ ਬਣਾ ਰਹੇ ਨੇ, ਟੈਡੈਕਸ ਕਰ ਰਹੇ, ਟੈਡ ਟੋਕਸ ਕਰ ਰਹੇ ਆ। ਹੁਣ ਸਾਡੇ ਬੱਚੇ ਬ੍ਰਿਟਿਸ਼ ਪਾਰਲੀਮੈਂਟ 'ਚ ਜਿੱਤ ਕੇ ਆਏ ਨੇ, ਬੋਮਨ ਇਰਾਨੀ ਐਕਟਰ, ਮਤਲਬ ਐਸੀ ਐਸਾ ਐਕਸਪੋਜ਼ਰ ਬੱਚਿਆਂ ਨੂੰ ਮਿਲ ਰਿਹਾ ਕਿ ਜੋ ਸੋ ਇਹ ਜਿਹੜੀਆਂ ਚੀਜ਼ਾਂ ਜਿਸ ਤਰ੍ਹਾਂ ਹੁਣੇ ਤੁਸੀਂ ਦੱਸਿਆ ਕਿ ਟੈਡੈਕਸ ਦੇ ਨਾਲ ਵੀ ਟੋਕਸ ਹੋ ਰਹੀਆਂ, ਇੱਕ ਬਹੁਤ ਵੱਡਾ ਈਵੈਂਟ ਵੀ ਤੁਸੀਂ ਕਰਵਾਉਣ ਜਾ ਰਹੇ ਹੋ, ਪ੍ਰੈਜ਼ੀਡੈਂਟ ਆਫ ਇੰਡੀਆ ਦੇ ਨਾਲ ਵੀ ਤੁਹਾਡੇ ਬੱਚਿਆਂ ਦੀਆਂ ਕੁਛ ਤਸਵੀਰਾਂ ਦੇਖੀਆਂ, ਸੋ ਇਹਦੇ ਲੈਵਲ 'ਤੇ ਐਕਸਪੋਜ਼ਰ ਕਿਸ ਤਰ੍ਹਾਂ ਤੁਸੀਂ ਦੇ ਪਾ ਰਹੇ ਹੋ ਇਸ ਛੋਟੇ ਜਿਹੇ ਰਿਮੋਟ ਏਰੀਆ ਦੇ ਵਿੱਚ ਬੈਠ ਕੇ? ਸਰ ਇਹਦੇ ਵਾਸਤੇ ਤਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜੀ, ਉਹ ਰਸਤਾ ਦਿਖਾਉਂਦਾ। ਬੜਾ ਇੱਕ ਸੋਚ ਹੈ ਕਿ ਬੱਚੇ ਨਾ ਕਿ ਕਿਸੇ ਬੱਚੇ ਨੂੰ ਜਸਟ ਬਿਕੋਜ਼ ਉਹ ਪਠਾਨਕੋਟ ਦਾ ਜਾਂ ਗੁਰਦਾਸਪੁਰ ਦਾ ਜਾਂ ਛੋਟੇ ਸ਼ਹਿਰ ਦਾ, ਕਿਸੇ ਵੀ ਛੋਟੇ ਸ਼ਹਿਰ ਦਾ ਹੋਏ, ਉਹਨੂੰ ਕੋਈ ਇਸ ਕਰਕੇ ਰਿਜੈਕਟ ਨਾ ਕਰੇ ਕਿ ਤੁਸੀਂ ਛੋਟੇ ਸ਼ਹਿਰ 'ਚੋਂ। ਅਸੀਂ ਬੜਾ ਕੋਸ਼ਿਸ਼ ਕਰ ਰਹੇ ਹਾਂ, ਆਨਰੇਬਲ ਪ੍ਰੈਜ਼ੀਡੈਂਟ ਨੂੰ ਮਿਲੇ ਇੱਕ ਵੰਸ ਇਨ ਅ ਲਾਈਫ ਟਾਈਮ ਓਪਰਚੁਨਿਟੀ। ਬੱਚੇ ਮੈਂ ਦੇਖ ਰਿਹਾ ਪੋਡਕਾਸਟ ਕਰ ਰਹੇ ਨੇ, ਬਿਊਰੋਕ੍ਰੈਟਸ ਦੇ ਇੰਟਰਵਿਊਜ਼ ਲੈ ਰਹੇ ਨੇ, ਔਰ ਦੇ ਆਰ ਸੋ ਕੌਨਫੀਡੈਂਟ ਕਿ ਮਤਲਬ ਇਹ ਤਾਂ ਛੱਡੋ ਹਿੰਦੁਸਤਾਨ ਦਾ ਨਾਮ ਰੋਸ਼ਨ ਕਰ ਰਿਹਾ। ਸਰ ਤੁਹਾਡੇ ਚੈਨਲ ਰਾਹੀਂ ਮੈਂ ਇੱਕ ਨਿਊਜ਼ ਸ਼ੇਅਰ ਕਰਾਂਗਾ। ਕੋਵਿਡ ਦੇ ਦੌਰਾਨ ਸਰ ਇੱਕ ਬੜਾ ਵੱਡੇ ਲੈਵਲ ਦਾ ਇੱਕ ਕੰਪੀਟੀਸ਼ਨ ਹੋਇਆ ਸੀ ਰਸ਼ੀਆ 'ਚ ਲੈਂਪਾ ਫਿਲਮ ਫੈਸਟੀਵਲ ਕਰਕੇ। ਇੰਡੀਆ 'ਚੋਂ ਸਾਡਾ ਸਕੂਲ ਨੇ 3 ਮਿੰਟ ਦੀ ਸ਼ੋਰਟ ਫਿਲਮ ਪ੍ਰੈਜੈਂਟ ਕੀਤੀ ਬਾਇਸਨੈਸ ਦੇ ਉੱਤੇ। ਸਰ ਅਸੀਂ ਜਿੱਤੇ ਸੀ, ਅਤੇ ਮੇਨ ਏਮ ਹੈ ਇਹੀ ਕਿ ਬੱਚਿਆਂ ਨੂੰ ਪਤਾ ਚੱਲੇ ਫਿਲਮ ਫੈਸਟੀਵਲਸ ਕੀ ਹੁੰਦਾ, ਕਿ ਬੋਲੀਵੁੱਡ ਦੇ ਇਲਾਵਾ ਜਾਂ ਮਸਾਲਾ ਫਿਲਮਸ ਦੇ ਇਲਾਵਾ ਵੀ ਬਹੁਤ ਸਾਰੀ ਫਿਲਮਸ ਬਣਦੀਆਂ। ਇਸ ਵੇਲੇ ਬੱਚੇ ਸਾਡੇ ਸ਼ੇਖ ਜ਼ਾਇਦ ਜਿਹੜੇ ਫਾਊਂਡਰ ਆਫ ਯੂਨਾਈਟਿਡ ਅਰਬ ਐਮੀਰੇਟਸ, ਉਹਨਾਂ ਨੇ ਉਹਨਾਂ ਦਾ ਇੱਕ ਨਾਮ ਤੋਂ ਅਵਾਰਡ ਚੱਲਦਾ, ਜ਼ਾਇਦ ਸਸਟੇਨੇਬਿਲਿਟੀ ਪ੍ਰਾਈਜ਼। ਉਹ 'ਚ ਬੱਚਿਆਂ ਨੇ ਨਾ ਕੋਈ ਸਸਟੇਨੇਬਲ ਸੋਲਿਊਸ਼ਨ ਪ੍ਰਜੈਂਟ ਕਰਨਾ ਹੁੰਦਾ। ਹੁਣ ਸਾਡੇ ਬੱਚੇ ਇੱਕ ਵਾਟਰ ਸੋਲਿਊਸ਼ਨ ਦੇ ਉੱਤੇ ਕੰਮ ਕਰ ਰਹੇ ਨੇ, 8ਵੀਂ 9ਵੀਂ 10ਵੀਂ ਦੇ ਬੱਚੇ ਕੰਮ ਕਰ ਰਹੇ ਨੇ। ਉਹਨਾਂ ਨੂੰ ਪਤਾ ਚੱਲੇ ਸਸਟੇਨੇਬਲ ਡਿਵਲਪਮੈਂਟ ਗੋਲਸ ਕੀ ਹੁੰਦੇ ਨੇ, ਅਸੀਂ ਕਿੱਦਾਂ ਕੰਮ ਕਰ ਰਹੇ ਨੇ। ਹੁਣ ਬੱਚੇ ਲੈਟਰਸ ਲਿਖਦੇ ਨੇ, ਗਵਰਨਮੈਂਟ ਨੂੰ ਲੈਟਰ ਲਿਖਦੇ ਕਿ ਸਾਡੀ ਪੋਲਿਸੀ ਕੀ ਹੈ ਪੰਜਾਬ ਦੀ, SDG 4 ਤੇ ਅਸੀਂ ਕੀ ਕੰਮ ਕਰ ਰਹੇ ਹਾਂ, SDG 2 ਤੇ ਕੀ ਕੰਮ ਕਰ ਰਹੇ ਹਾਂ। ਉਹ ਐਕਸਪੋਜ਼ਰ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿੰਨੀ ਕੁ ਸਟਰੈਂਥ ਆ ਤੁਹਾਡੀ, ਔਰ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕਿ ਜੋ ਕੁਛ ਤੁਸੀਂ ਇੱਥੇ ਬੱਚਿਆਂ ਨੂੰ ਓਪਰਚੁਨਿਟੀਜ਼ ਦੇ ਪਾ ਰਹੇ ਹੋ, ਕੀ ਉਹ ਸਪਰੈਡ ਆਊਟ ਹੋ ਰਹੇ ਜਾਂ ਲੋਕਾਂ ਨੂੰ ਪਤਾ ਲੱਗ ਰਿਹਾ, ਅਤੇ ਪੇਰੈਂਟਸ ਜਿਹੜੇ ਆ ਉਹ ਸਾਰਾ ਕੁਛ ਜਾਣ ਪਾ ਰਹੇ ਆ ਕੈਲੀਡੋਨੀਅਨ ਬਾਰੇ? ਸਰ ਇਸ ਵੇਲੇ ਅਸੀਂ ਕੋਈ 300 ਕੁ ਬੱਚੇ ਦੀ ਸਟਰੈਂਥ ਹੈਗੀ ਹੈ ਸਾਡੇ ਕੋਲ। ਲੋਕਾਂ ਨੂੰ ਮੈਂ ਕਈ ਵਾਰ ਅਸੀਂ ਡਿਸਹਾਰਟਨ ਵੀ ਹੋ ਜਾਂਦੇ ਹਾਂ ਕਿ ਅਸੀਂ ਇੰਨਾ ਕੁਛ ਕਰਨ ਦੇ ਬਾਵਜੂਦ ਕਿ ਸਾਨੂੰ ਉਹ ਬੱਚਿਆਂ ਨੂੰ ਰੈਕੋਗਨੀਸ਼ਨ ਨਹੀਂ ਮਿਲ ਪਾ ਰਹੀ ਜੋ ਮਿਲਣੀ ਚਾਹੀਦੀ ਹੈ। ਲੇਕਿਨ ਉਹਦਾ ਮਤਲਬ ਇਹੀ ਹੈ ਜਿਸ ਤਰ੍ਹਾਂ ਗੀਤਾ 'ਚ ਲਿਖੇ ਦਾ, ਕਰਮ ਕਰ ਫਲ ਕੀ ਚਿੰਤਾ ਮਤ ਕਰ, ਅਤੇ ਅਸੀਂ ਬੱਚੇ ਕਰੀ ਜਾ ਰਹੇ ਨੇ, ਬੱਚੇ ਕਰੀ ਜਾਣ। ਹੁਣ ਸਾਡੇ ਬੱਚਿਆਂ ਨੇ ਸਰ ਇੱਕ ਇਨੀਸ਼ੀਏਟਿਵ ਸਟਾਰਟ ਕੀਤਾ, ਅ ਬੁੱਕ ਫੋਰ ਈਚ ਹੈਂਡ। ਉਹ ਹਰ ਸ਼ਨੀ ਐਤਵਾਰ ਘਰਾਂ 'ਚ ਜਾ ਕੇ ਬੱਚਿਆਂ ਨੂੰ ਬੁੱਕਸ ਦੇ ਰਹੇ ਨੇ, ਉਹਨਾਂ ਨੂੰ ਪੜ੍ਹਾ ਰਹੇ ਨੇ। ਹੁਣ ਨਵਾਂ ਸ਼ੁਰੂ ਕਰਨ ਲੱਗਿਆ ਫ੍ਰੀ ਆਈਲਸ ਅਤੇ ਫ੍ਰੀ ਇੰਗਲਿਸ਼ ਕੋਚਿੰਗ ਬੱਚੇ ਸ਼ੁਰੂ ਕਰ ਰਹੇ, ਕੋਰੀਅਨ ਲੈਂਗੁਏਜ ਦੇ ਫ੍ਰੀ ਕੋਰਸਿਸ ਕਰਵਾ ਰਹੇ ਬੱਚੇ।
ਫਰੈਂਚ ਲੈਂਗੁਏਜ ਦੇ ਫਰੀ ਕੋਰਸਿਸ ਕਰਾ ਰਹੇ ਨੇ ਕਿ ਇਹ ਬੱਚਿਆਂ 'ਚ ਮੈਨੂੰ ਲੱਗਦਾ ਸਭ ਤੋਂ ਵੱਡੀ ਅਚੀਵਮੈਂਟ ਸਾਡੀ ਇਹੀ ਹੈ ਕਿ ਬੱਚਿਆਂ 'ਚ ਅੰਦਰੋਂ ਭਾਵਨਾ ਆ ਰਹੀ ਹੈ ਕਿ ਅਸੀਂ ਇਹ ਕੰਮ ਕਰੀਏ। ਹੁਣ ਇੱਕ ਬੱਚੇ ਸਾਡੇ ਆਰੋਗਿਆ ਪਠਾਨਕੋਟ ਕਰਕੇ ਇੱਕ ਮੁਹਿੰਮ ਚਲਾ ਕੀਤੀ ਦੀ ਹੈ, ਉਹ ਸਰ ਉਹਨਾਂ ਨੇ ਕੀ ਏਮ ਹੈ ਕਿ ਜਿਹੜੇ ਸਾਡੇ ਫੂਡ ਲੇਬਲਿੰਗ ਹੁੰਦੀ ਹੈ ਉਹਦੇ ਪਿੱਛੇ ਫੂਡ ਲੇਬਲਸ ਕੋਈ ਨਹੀਂ ਪੜ੍ਹਦਾ ਕਿ ਇਹ 'ਚ ਕਿੰਨਾ ਸ਼ੂਗਰ ਹੈ, ਕਿੰਨੇ ਕਾਰਬੋਹਾਈਡਰੇਟਸ ਹੈ, ਫੈਟਸ ਕਿੰਨੇ ਹੈ। ਉਹ ਉਹਨੂੰ ਪ੍ਰਮੋਟ ਕਰਨ ਵਾਸਤੇ ਬੱਚੇ ਇੰਨੇ ਲੈਵਲ 'ਤੇ ਉਹ ਆਪਣੇ ਜ਼ੋਰ ਲਗਾ ਰਹੇ ਨੇ, ਹੋਸਪਿਟਲਸ 'ਚ ਜਾ ਰਹੇ, ਘਰਾਂ 'ਚ ਜਾ ਰਹੇ ਨੇ। ਇਹ ਸਭ ਤੋਂ ਵੱਡੀ ਅਚੀਵਮੈਂਟ ਹੈ ਸਰ ਸਾਡੇ। ਬਹੁਤ ਵੱਡੀ ਗੱਲ ਜਿਹੜੀ ਹੈ, ਕਿਉਂਕਿ ਅਵੇਅਰਨੈਸ ਜਿਹੜੀ ਬਹੁਤ ਜ਼ਰੂਰੀ ਹੈ। ਜਿਹੜਾ ਸਪਟੰਬਰ ਦੇ ਵਿੱਚ ਟੈਡਐਕਸ ਟਾਕਸ ਦਾ ਤੁਸੀਂ ਇੱਕ ਬਹੁਤ ਵੱਡਾ ਆਯੋਜਨ ਕਰ ਰਹੇ ਹੋ, ਉਹਦੇ ਬਾਰੇ ਵੀ ਮੈਂ ਚਾਹੂੰਗਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸ। ਸਰ ਫਿਰ ਪਰਮਾਤਮਾ ਦਾ ਸ਼ੁਕਰ ਹੈ ਕਿ ਸਾਨੂੰ ਲਾਈਸੈਂਸ ਮਿਲਿਆ ਦਾ, ਇਹ ਪਠਾਨਕੋਟ 'ਚ ਪਹਿਲੀ ਵਾਰ ਹੋ ਰਿਹਾ ਅਤੇ ਬੜੇ ਘੱਟ ਹੀ ਸ਼ਹਿਰ ਪੰਜਾਬ 'ਚ ਹੈ ਜਿਹੜੇ ਟੈਡਐਕਸ ਔਰਗਨਾਈਜ਼ ਕਰਦੇ ਆ। ਅਤੇ ਡਾਕਟਰ ਸੁਬਰਮਨੀਅਮ ਸਵਾਮੀ ਹੋ ਗਏ, ਡਾਕਟਰ ਕਿਰਨ ਬੇਦੀ ਜੀ ਹੋ ਗਏ, ਸ਼ਹਿਜ਼ਾਦ ਪੂਨਾਵਾਲਾ, ਅਤੇ ਹੋਰ ਟੋਟਲ 13 ਗੈਸਟ ਸਾਡੇ ਕੋਲ ਆ ਰਹੇ ਨੇ। ਅਤੇ ਇਹ 21 ਸਪਟੈਂਬਰ ਨੂੰ ਆਉਣਾ। ਸਾਡਾ ਜਿਹੜਾ ਥੀਮ ਹੈ ਉਹ ਇਗਨਾਈਟ ਹੈ, ਅਤੇ ਬੱਚੇ ਹੀ ਸਭ ਕੁਝ ਕਰ ਰਹੇ ਨੇ, ਬੱਚੇ ਹੀ ਹੋਟਲ ਬੁਕਿੰਗਸ ਕਰ ਰਹੇ ਨੇ, ਸਪੋਂਸਰਸ਼ਿਪਸ ਵੱਲ ਜਾ ਰਹੇ ਨੇ, ਉਹਨਾਂ ਦੀ ਸਪੀਚ ਵਾਸਤੇ ਉਹਨਾਂ ਨਾਲ ਟਾਈ ਅਪ ਕੀਤੇ ਦਾ। ਅਤੇ ਇਹਦਾ ਬੇਸਿਕਲੀ ਏਮ ਅਗੇਨ ਇਹੀ ਹੈ ਕਿ ਬੱਚਿਆਂ ਨੂੰ ਐਕਸਪੋਜ਼ਰ ਮਿਲੇ, ਬੱਚਿਆਂ ਦੇ ਰਾਹੀਂ ਪੰਜਾਬ ਦੀ ਜਨਤਾ ਨੂੰ ਐਕਸਪੋਜ਼ਰ ਮਿਲੇ। ਇਸ ਵੇਲੇ ਸਰ ਕੋਈ ਵੀ ਇੰਡਸਟਰੀ ਹੋ ਜਾਏ, ਕੋਈ ਵੀ ਧਰਮ ਹੋ ਜਾਏ, ਕੋਈ ਵੀ ਮੇਲ ਜ਼ੋਨ ਫੀਮੇਲ ਜ਼ੋਨ, ਸਭ ਤੋਂ ਜ਼ਿਆਦਾ ਜ਼ਰੂਰੀ ਹੈ ਐਜੂਕੇਸ਼ਨ। ਇੱਕੋ ਹੀ ਸੋਲਿਊਸ਼ਨ ਹੈ ਐਜੂਕੇਸ਼ਨ। ਅਗਰ ਕਿਸੇ ਨੇ ਦੁਕਾਨ 'ਤੇ ਬਹਿਣਾ ਉਹ ਵੀ ਪੜ੍ਹਾਈ ਕਰਕੇ ਬੈਠੇ, ਕਿਸੇ ਨੇ IAS ਬਣਨਾ, ਕਿਸੇ ਨੇ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਐਜੂਕੇਸ਼ਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਅਤੇ ਮੈਂ ਤੁਹਾਡੇ ਰਾਹੀਂ ਇਹੀ ਮੈਸੇਜ ਦੇਣਾ ਚਾਹੂੰਗਾ ਐਜੂਕੇਸ਼ਨ ਪੰਜਾਬ ਦੀ ਜਨਤਾ ਨੂੰ ਕਿ ਐਜੂਕੇਸ਼ਨ ਕਿਤਾਬਾਂ ਤੋਂ ਬਿਯੋਂਡ ਬਹੁਤ ਕੁਛ ਹੈ। ਪਲੀਜ਼ ਆਪਣੇ ਬੱਚਿਆਂ ਨੂੰ ਕਿਸੇ ਇੱਕ ਕਿਤਾਬ ਉੱਤੇ ਡਿਪੈਂਡੈਂਟ ਨਾ ਹੋਣ ਦਿਉ, ਉਹਨੂੰ ਰਿਸਰਚ ਕਰਾਓ। ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ MLA 8 ਸਾਈਟੇਸ਼ਨ ਕੀ ਹੁੰਦੀ ਹੈ, ਹਾਰਵਰਡ ਸਾਈਟੇਸ਼ਨ ਕੀ ਹੁੰਦੀ ਹੈ, ਬਿਬਲੀਓਗ੍ਰਾਫੀ ਕਿਹਨੂੰ ਕਹਿੰਦੇ ਆ, OPVL ਕਿਹਨੂੰ ਕਹਿੰਦੇ ਆ। ਸਾਨੂੰ ਰਿਸਰਚ ਕਰਨਾ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ ਰਿਸਰਚ ਕਰਨਾ। ਪਲੀਜ਼ ਇੱਕ ਕਿਤਾਬ ਉੱਤੇ ਫੋਕਸ ਨਾ ਰੱਖੋ। ਸੋ ਕਿਸੇ ਸ਼ਾਇਰ ਨੇ ਕਿਹਾ ਕਿ ਜਿਹੜੀਆਂ ਡਿਗਰੀਆਂ ਹੁੰਦੀਆਂ ਇਹ ਤਾਂ ਕੇਵਲ ਰਸੀਦਾਂ ਹੁੰਦੀਆਂ, ਤੁਸੀਂ ਜਿਹੜੇ ਪੈਸੇ ਖਰਚੇ ਹੈ, ਚਰਿੱਤਰ ਤਾਂ ਉਹ ਹੁੰਦਾ ਜਿਹੜਾ ਤੁਹਾਡੇ ਕਿਰਦਾਰ 'ਚ ਝਲਕਦਾ। ਸੋ ਕਰੈਕਟਰ ਬਿਲਡਿੰਗ ਬਹੁਤ ਇੰਪੋਰਟੈਂਟ ਹੋ ਗਿਆ, ਔਰ ਐਜੂਕੇਸ਼ਨ ਜਿਹੜੀ ਹੈ ਹੁਣ ਇਸ ਤਰੀਕੇ ਨਾਲ ਪ੍ਰਸਾਰ ਹੋਣਾ ਚਾਹੀਦਾ ਕਿ ਅੱਗੇ ਜਾ ਕੇ ਵਿਦਿਆਰਥੀ ਜਿਹੜਾ ਉਸਨੂੰ ਇਹ ਨਾ ਲੱਗੇ ਕਿ ਮੈਂ ਕੁਛ ਗੇਨ ਨਹੀਂ ਕੀਤਾ, ਬਲਕਿ ਐਜੂਕੇਸ਼ਨ ਜਿਹੜੀ ਉਹ ਦੂਜਿਆਂ ਨੂੰ ਸਪਰੈਡ ਆਊਟ ਕਰ ਸਕੇ। ਸੋ ਕੈਲੇਡੋਨੀਅਨ ਇਹਦੇ ਵਿੱਚ ਬੜਾ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ। ਸਾਡੀਆਂ ਬੈਸਟ ਵਿਸ਼ਿਜ਼ ਹੈ ਔਰ ਆਉਣ ਵਾਲੇ ਈਵੈਂਟਸ ਵਾਸਤੇ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।